ਅਸਲਾਮ ਅਲੈਕੁਮ ਜੀ ਦੋਸਤਾਂ ਦਾ ਕੀ ਹਾਲ ਚਾਲ ਹੈ। ਵੈਲਕਮ ਕਰਦੇ ਹਾਂ ਤੁਹਾਡਾ ਮੈਂ ਆਪਣੇ ਯੂਟਿਊਬ ਚੈਨਲ 'ਤੇ ਦੇਸੀ ਵਲੌਗ 'ਤੇ। ਉਮੀਦ ਕਰਦਾ ਤੁਸੀਂ ਠੀਕ ਠਾਕ ਅਤੇ ਚਾਹਾਂ ਪਾਣੀ ਲੈ। ਆਹ ਵੇਖੋ ਬੱਦਲ ਕਾਲਾ ਛਾਹ ਪਾ ਰਿਹਾ ਅਤੇ ਇਸ ਕਰਕੇ ਨਾ ਫਿਰ ਰੋਜ਼ਾ ਰੱਖਣਾ ਹੁੰਦਾ, ਫਿਰ ਪਾਣੀ ਪੀਣਾ ਹੁੰਦਾ ਬਾਅਦ 'ਚ। ਆਹ ਮੋਟਰਸਾਈਕਲ ਹੈ, ਆਖੋ ਕਣਕ ਕਿੱਦਾਂ ਲੰਮੇ ਪੈ ਗਈ ਵਿਚਾਰੀ। ਕਣਕ ਬੜੀ ਹਰਕੀ ਨਾ ਬਾਰਿਸ਼ ਦੀ ਵਜ੍ਹਾ ਨਾ। ਕੋਈ ਨਹੀਂ, ਅੱਲਾ ਪਾਕ ਖੈਰ ਕਰਨ ਵਾਲਾ। ਇਸ ਤੋਂ ਬਾਅਦ ਜਾਣਾ ਸੀ ਕਬਰਸਤਾਨ ਅਤੇ ਮਾਸ਼ਾਅੱਲਾ ਤੁਹਾਨੂੰ ਉੱਥੇ ਵੀ ਜਾ ਕੇ ਕਬਰਸਤਾਨ ਵੀ ਪਾਵਾਂਗੇ। ਚੱਲਦੇ ਹਾਂ। ਇਹਨੂੰ ਆਉਂਦੇ ਨੇ ਬੱਦਲ, ਚਲਾ ਲਿਆ ਇਹਨੂੰ ਬੱਦਲ। ਅੱਛਾ ਬੱਦਲ ਆਉਂਦੇ ਆ, ਲੈ ਆ ਰਿਹਾ। ਉਹਨੇ ਦੱਸਿਆ ਵੀ ਬੱਦਲ ਆਉਂਦੇ ਆ, ਪਰ ਬਸ ਐਂ ਰੱਖਿਆ। ਹੁਣ ਪਾਣੀ ਅਸੀਂ ਭਰ ਲਿਆ ਤਾਂ ਹੁਣ ਜਾ ਰਹੇ ਪਿੰਡ ਨੂੰ। ਇੱਧਰੋਂ ਬੱਦਲ ਬੜਾ ਚੜਿਆ, ਕਾਲੀ ਬਾਹਰ ਹੀ ਮੋਟਰਸਾਈਕਲ ਖਲਾਰਤੀ ਰੋਜ਼ਾਨਾ ਹੀ ਤਕਰੀਬਨ ਇੱਕ ਤਾਂ ਹੀ ਆ, ਇੱਕ ਤਾਂ ਤੇਰੇ ਨਾਲ ਬਾਰਿਸ਼ ਆਈ ਹੋਈ ਤਾਂ ਰੋਜ਼ਾਨਾ ਹੀ ਬਾਰਿਸ਼ ਰਾਤੀ ਬਹੁਤ ਬਾਰਿਸ਼ ਹੋਈ। ਬਾਬਾ ਨੂੰ ਬੱਦਲ ਚੜਿਆ ਪੂਰੇ ਪਹਾੜ ਪੂਰੇ ਪਹਾੜ ਨਾਲ ਬੱਦਲ ਚੜਿਆ। ਪਤਾ ਮੈਂ ਹੈ ਨਹੀਂ ਅੱਜ ਵੀ ਆ ਗਿਆ ਤਾਂ ਮੈਂ ਉੱਥੇ ਛੱਪ ਗਿਆ ਤੌੜੀ ਜਿਹੜੀ ਨਾ ਜੀ, ਆਹ ਜਿਹੜਾ ਬੱਦਲ ਹੈ ਇਹ ਤੌੜੀ ਪਿਆ ਘੁੰਮਣਾ ਵੀ ਚੁੱਪ ਬਾਰਿਸ਼ ਕਿਵੇਂ ਬਾਰਿਸ਼ ਕਿਵੇਂ।
ਮੈਂ ਕੁਝ ਜਨਾਨਾ ਸਵਾਰੀ ਮਕੈਮ ਬਿਆਨ ਕਰ ਰਿਹਾ ਉਹ ਲੱਗ ਗਿਆ ਗੱਟੀ ਮਤਲਬ ਕਿ ਪੈਲੀ ਚ ਲਾ ਲਈ ਉਹ ਮੈਂ ਚੰਗਾ ਭਰਾ ਰਾ ਦਿੱਤਾ ਫਿਰ ਮਿੱਟੀ ਤੇਰੇ ਵਿੱਚ ਪੈਲੀ ਚ ਲਾ ਲਾ ਹਾਂ كپڑے بدل لینے أنا في آخره.